ਏਅਰਪੋਰਟ ਤੇ ਪਹੁੰਚ ਕੇ ਜਹਾਜ਼ ਦੇ ਗਰੀਬ ਹੁਣ ਬਸ ਜਹਾਜ਼ ਸਾਨੂੰ ਸਹੀ ਸਲਾਮਤ ਲੈ ਜਾਵੇ। ਲੱਤ ਕਿੱਧਰ ਆਈ ਤੇਰੀ ਓਏ ਭਾਜੀ, ਲੱਤ ਤੇਰੀ ਇੱਧਰ ਆਈ। ਓ ਜੱਸ, ਮਾਮੀ ਦਾ ਫੋਨ ਆਇਆ, ਕਹਿੰਦੇ ਸ਼ੀਸ਼ਾ ਨਹੀਂ ਖੋਲਣਾ। ਸਾਰੇ ਜਿਹੜੇ ਪਰੌਂਠੇ ਲੈ ਕੇ। ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਸਾਰੇ? ਹੋਪ ਤੁਸੀਂ ਸਾਰੇ ਵਧੀਆ ਹੀ ਹੋਵੋਗੇ ਅਤੇ ਬਾਬਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ। ਸੋ ਅੱਜ ਅਸੀਂ ਲੈ ਕੇ ਆਏ ਆਪਣਾ ਨਿਊ ਵਲੌਗ। ਸੋ ਫਾਈਨਲੀ ਦੱਸਾਂਗੇ ਕਾਹਦੇ ਲਈ ਬਣਾ ਰਹੇ ਹਾਂ। ਸੋ ਤਿਆਰੀ ਆ ਸਾਡੀ, ਟੈਂ 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 ਟੈਂ। ਅੱਛਾ, ਆਹ ਡੱਬਾ ਇਗਨੋਰ ਕਰਿਓ, ਇਹ ਸਾਡੇ ਬੰਦੇ ਦੇ ਡੱਬੇ ਦੇਖੋ ਇੱਧਰ, ਨਾ ਸਾਡੀ ਭਾਰ ਦੀ ਸੈਟਿੰਗ ਹੋਵੇ ਨਾ ਕੁਛ। ਅਤੇ ਪੈਕਿੰਗ ਕਰ ਰਹੇ ਹਾਂ, ਸੋ ਫਿਲਹਾਲ ਚੱਲੇ ਚੰਡੀਗੜ੍ਹ, ਬਾਕੀ ਪੈਕਿੰਗ ਆਣ ਕੇ ਕਰਾਂਗੇ। ਚੰਡੀਗੜ੍ਹ ਜੀ ਗਾਣੇ ਦੀ ਰਿਕਾਰਡਿੰਗ, ਸੋ ਮਿਲਦੇ ਹਾਂ ਤੁਹਾਨੂੰ ਸਟੂਡੀਓ 'ਚ ਆ ਕੇ। ਅਤੇ ਬਹੁਤ ਟਾਈਮ ਬਾਅਦ ਵਲੋਗ ਪਾਇਆ ਵਾ, ਲਾਈਕ ਕਮੈਂਟ ਕਰਕੇ ਦੱਸਿਓ ਨਾਲੇ ਕਿੱਦਾਂ ਲੱਗਾ। ਅਤੇ ਚੈਨਲ ਸਾਡਾ ਸਬਸਕ੍ਰਾਈਬ ਕਰ ਲਿਓ, ਹੁਣ ਅਸੀਂ ਡੇਲੀ ਵਲੋਗਿੰਗ ਕਰਾਂਗੇ ਤਾਂ ਗਾਣੇ ਵੀ ਆ ਰਹੇ ਆ ਬੈਕ ਟੂ ਬੈਕ। ਮਿਲਦੇ ਹਾਂ ਤੁਹਾਨੂੰ ਚੰਡੀਗੜ੍ਹ ਜਾ ਕੇ। ਲਓ ਜੀ, ਚੰਡੀਗੜ੍ਹ ਦਾ ਸਾਨੂੰ ਵਲੋਗ ਬਣਾਉਣ ਦਾ ਟਾਈਮ ਨਹੀਂ ਲੱਗਿਆ, ਸੋ ਗਾਣਾ ਰਿਕਾਰਡ ਕਰਨ ਨੂੰ ਥੋੜ੍ਹਾ ਟਾਈਮ ਲੱਗ ਗਿਆ। ਸੋ ਮੁੰਡੇ ਫਾਈਨਲੀ ਘਰ ਪਹੁੰਚ ਗਏ ਆ, ਅਤੇ ਪੈਕਿੰਗ ਆਪਣੀ ਆਲਮੋਸਟ ਹੋਣ ਵਾਲੀ ਆ। ਉਸਤਾਦ ਹੋਣੀ ਚਿੰਗਮਾ ਲੱਭਦੇ ਰਹਿੰਦੇ, ਬਾਅਦ ਚ ਮੂੰਹ ਚ ਸਮੈਲ ਨਾ ਆਵੇ। ਲਓ ਜੀ, ਡਿੱਗਦੇ ਢਿੰਦੇ ਮੁੰਡੇ ਏਅਰਪੋਰਟ ਤੇ ਪਹੁੰਚ ਗਏ ਜਹਾਜ਼ ਦੇ ਗਰੀਬ, ਹੁਣ ਬਸ ਜਹਾਜ਼ ਸਾਨੂੰ ਸਹੀ ਸਲਾਮਤ ਲੈ ਜਾਵੇ। ਇਹਨਾਂ ਦੇ ਭੈਣ ਚ ਪਾਕਿਸਤਾਨ ਵੱਲ ਨੂੰ ਪੈ ਜਾਵੇ ਕਿਤੇ ਸਾਰਾ, ਅੱਗੇ ਰੱਖਿਓ। ਲਓ ਜੀ, ਭਗਵੰਤ ਮਾਨ ਦੀ ਸਕੀਮ ਦੇ ਤਹਿਤ ਚਾਰ ਜਣੇ, ਭਗਵੰਤ ਮਾਨ ਦੀ ਖੁੱਲੀ ਸਕੀਮ ਦੇ ਤਹਿਤ ਚਾਰ ਜਣੇ। ਥੈਂਕ ਯੂ ਮਾਨ ਸਾਹਿਬ। ਆ ਕਿਜੇ ਫਿਰਦਾ ਵਾ, ਚੱਲ ਭੰਗੜਾ ਭੁੰਗੜਾ ਵਾ ਹੁਣ। ਸਟੈਪ ਧੁੱਪ ਲਾ ਗਈ, ਉਹ ਟੈਟ ਟੈਟ ਜੀ ਇਹ ਚ ਨਹੀਂ ਬਹਿਣਾ। ਆ ਜਾ ਦੂਜੀ ਚੱਲਦੇ ਆ, ਉਹ ਆ ਜਾ। ਓਏ ਹੈਲੋ ਜੱਸ, ਮਾਮੀ ਦਾ ਫੋਨ ਆਇਆ, ਕਹਿੰਦੇ ਸ਼ੀਸ਼ਾ ਨਹੀਂ ਖੋਲਣਾ, ਬੰਦ ਕਰਦੇ। ਲਓ ਜੀ, ਜਹਾਜ ਗਿਆ, ਤੁਰ ਪਿਆ ਬਣਾਈ ਹੋਈ।
ਲੈ ਲਾ, ਦੋ ਚਾਰ ਸਟਾਕ ਲੈ ਲਾ। ਗੱਭਰੂ ਭਾਈ ਸਾਡੇ ਇੱਧਰ ਦੇਖੋ ਯਾਰ, ਇੱਧਰ ਇੱਧਰ ਆ ਝੋਟਾ ਵੇਖ ਇੱਧਰ ਪਲਿਆ ਹੋਇਆ। ਆ ਲੱਤ ਕਿੱਧਰ ਆਈ ਹੋਈ ਤੇਰੀ ਓਏ ਭਾਜੀ, ਲੱਤ ਤੇਰੀ ਇੱਧਰ ਆਈ ਹੋਈ ਦੇਖੋ ਚਾਚਾ, ਲੱਤਾਂ ਚਿੱਟੀ ਵੇਖ ਕਿਹੜਾ ਹੋਰ ਨੋ ਆਈ ਬੈਠੇ ਵੀ ਦੇਖੋ ਲੋ ਜੀ, ਫਾਈਨਲੀ ਅਸੀਂ ਘਰੇ ਆ ਗਏ ਸੀਗੇ ਤੇ ਬੰਦੇ ਆਣ ਕੇ ਢੇਰੀ ਹੋ ਗਏ ਸਾਰੇ। ਆ ਇੱਕ ਲਾਸ਼ ਪਈ ਇੱਥੇ, ਜਿੰਦਾ ਜਿੰਦਾ ਲਾਸ਼ ਮਿਲਦਾ ਜੀ ਤੁਹਾਨੂੰ ਵੇਹੀ ਆਪਣੇ ਨੈਕਸਟ ਵਲੋਗ 'ਚ, ਅਤੇ ਜੁੜੇ ਰਹੋ ਸਾਡੇ ਨਾਲ। ਇਸ ਤੋਂ ਬਾਅਦ ਸਾਡੀ ਅਗਲੀ ਫਲਾਈਟ ਵੀ ਹੈਗੀ ਇੱਥੋਂ ਨਿਕਲਣ ਦੀ, ਥੋੜ੍ਹੇ ਦਿਨ ਇੱਥੇ ਰੁਕਾਂਗੇ।